ਕੱਪੜੇ ਬੰਦੇ ਵਾਸਤੇ ਨਾ ਬੜੀ ਮੁਸ਼ਕਲ ਆ। ਇੱਥੇ ਬੈਠੇ ਹੁੰਦੀ ਤੁਸੀਂ ਮੈਂ ਤੁਹਾਨੂੰ ਦੇਖ ਕੇ ਕਿੱਧਰ ਵੇਖਦੀ ਕੀ ਤੂੰ ਸਵੇਰੇ ਸਵੇਰੇ ਕਿੱਥੇ ਚੱਲ ਗਈ? ਉਹ ਯਾਰ ਐਡਮਿਸ਼ਨ ਮੈਂ ਕਿਹਾ ਕਰਾਉਣਾ ਮੁੰਡੇ ਦੀ ਇੱਥੇ ਇੱਥੇ ਤਾਂ ਸਕੂਲਾਂ ਦੇ ਐਡਮਿਸ਼ਨ ਦੇ ਪੈਸੇ ਬੜੇ ਮੰਗਦੇ ਪਏ ਆ। ਕਿਹੜੇ ਸਕੂਲ ਗਈ ਸੀ? ਸਰਕਾਰੀ? ਨਹੀਂ ਸਰਕਾਰੀ ਥੋੜ੍ਹੀ ਕਰਾਉਣਾ ਮੈਂ, ਵਧੀਆ ਸਕੂਲ ਹੈ। ਫਿਰ ਬਹੁਤ ਵਧੀਆ ਸਕੂਲ ਤਾਂ ਐਡਮਿਸ਼ਨ 'ਤੇ ਲੱਗਣੀ ਆ, ਤੂੰ ਸਾਨੂੰ ਤਾਂ ਦੱਸ ਦੀ ਚੁੱਪ ਕਰਕੇ ਚੱਲ ਗਈ। ਮੈਂ ਕਿਹਾ ਟਰਾਈ ਜੇ ਕਰਕੇ ਆਵਾਂ, ਪੁੱਛ ਕੇ ਤਾਂ ਆਵਾਂ ਪਹਿਲੇ ਕੀ ਰੇਟ ਨਾਲ ਸੁਣ। ਤੇਰਾ ਕੋਈ ਪਤਾ ਵਾ? ਕੀ ਪਤਾ ਹੁਣ ਦੋ ਤਿੰਨ ਦਿਨਾਂ ਨੂੰ ਤੁਹਾਡੀ ਬਣ ਜਾਵੇ, ਮੰਮੀ ਤੇਰੀ ਮੰਨ ਜਾਵੇ ਜਾਂ ਕਿੱਦਾਂ, ਤੇ ਤੂੰ ਆਪਣੇ ਘਰ ਚੱਲ ਜਾਏ ਤੇ ਮੁੜ ਕੇ ਬਾਰ ਬਾਰ ਇੱਥੇ ਥੋੜ੍ਹੀ, ਕਦੀ ਇੱਥੇ ਐਡਮਿਸ਼ਨ ਕਰਾਏਂਗੀ ਕਦੀ ਉੱਥੇ, ਕਹਿੰਦਾ ਕਿ ਦੋ ਦਿਨ ਖਲੋ ਜਾ। ਮੰਮੀ ਨੇ ਕਿੱਥੋਂ ਮੰਨਣਾ? ਮੰਮੀ ਤੇ ਕਹਿੰਦੀ ਸਰਕਾਰੀ ਸਕੂਲ ਪਾ ਦੇ, ਉਹਨੇ ਵੀ ਮੰਨਣਾ, ਉਹਨੇ ਭੇਜਣਾ ਮੈਨੂੰ, ਇੱਥੇ ਹੀ ਬਿਠਾਈ ਰੱਖਣਾ। ਗੁਰਪ੍ਰੀਤ ਨਾਲੇ ਇੱਕੋ ਵਾਰੀ ਐਡਮਿਸ਼ਨ ਹੋਊਗੀ, ਇਹ ਥੋੜ੍ਹੀ ਹੁਣ ਪਹਿਲਾਂ ਇੱਥੇ ਕਰਾਏਂਗੀ, ਕੀ ਪਤਾ ਮਹਾਰਾਜ ਕਰੇ ਤੇਰਾ ਸਭ ਕੁਝ ਠੀਕ ਹੋ ਜਾਵੇ, ਤੂੰ ਘਰ ਆਪਣੇ ਚੱਲ ਜਾਵੇ, ਆਰਾਮ ਨਾਲ ਆਪਣੇ ਘਰੇ ਐਡਮਿਸ਼ਨ ਕਰਾਈ ਉੱਥੇ ਲੱਗ ਗਏ। ਮੈਂ ਵੀ ਚਾਹੁੰਦੀ ਭਾਬੀ ਤੇ ਸਭ ਠੀਕ ਹੋ ਜਾਵੇ, ਪਰ ਮੈਨੂੰ ਲੱਗਦਾ ਨਹੀਂ ਪਿਆ ਕਿ ਠੀਕ ਹੋ ਜਾਏਗਾ। ਇੱਥੇ ਸਰਾਣੇ ਤੁਹਾਡੇ ਬੈਠੇ ਰਹਿਣਾ ਨਹੀਂ ਹੁੰਦਾ, ਇਹ ਵੀ ਲੱਗਦਾ ਪਿਆ ਨਹੀਂ ਸਰਾਣੇ ਪੈਂਦੇ, ਮੁੰਡੇ ਦਾ ਵੀ ਸਾਰਾ ਸਾਲ ਖਰਾਬ ਹੋ ਜਾਣਾ ਨਹੀਂ ਤੇ। ਕੋਈ ਗੱਲ ਨਹੀਂ, ਨਾ ਟੈਨਸ਼ਨ ਲੈਣ ਨਹੀਂ, ਕੋਈ ਗੱਲ ਨਹੀਂ, ਸਾਨੂੰ ਵੀ ਫਿਕਰ ਆ ਕਿ ਸਾਈਂ ਵੀ ਤਾਂ ਥੋੜ੍ਹੀ ਜਿਹੀ ਉੱਪਰ ਬੈਠੇ ਹਾਂ ਕਿ ਕੋਈ ਗੱਲ ਨਹੀਂ, ਹਜੇ ਤਾਂ ਰਿਜ਼ਲਟ ਵੀ ਨਹੀਂ ਬੱਚਿਆਂ ਦੇ ਆਏ, ਉਹਦੇ ਵੀ ਇਗਜ਼ਾਮ ਹੋਏ ਆ, ਨਹੀਂ ਉਹ ਕਲਾਸਾਂ ਸਟਾਰਟ ਹੁੰਦੇ ਹੁੰਦੇ ਹਜੇ ਜੂਨ ਜੁਲਾਈ ਨਿਕਲ ਜਾਣਾ, ਬਾਅਦ 'ਚ ਮਹਾਂ ਸਟਾਰਟ ਹੋਣੀਆਂ ਕਲਾਸਾਂ। ਕਲਾਸਾਂ ਤਾਂ ਸਟਾਰਟ ਹੋ ਗਈਆਂ ਯਾਰ, ਕਿਉਂ ਨਹੀਂ ਹੋਈਆਂ? ਬੱਚੇ ਉਹਨਾਂ ਦੇ ਜਾਂਦੇ ਪਏ ਸਾਰੇ ਦਾ ਸਕੂਲ, ਮੇਰੀ ਸਹੇਲੀਆਂ ਦੇ ਵੀ, ਕੁੜੀ ਦੀ ਕਲਾਸ ਵੱਡੀ ਆ, ਘਰ ਬੈਠਾ ਮੈਂ, ਕੁੜੀ ਦੀ ਕਲਾਸ ਵੱਡੀ ਆ ਨਾ, ਉਹ ਪੜ੍ਹਨ ਦੇ ਹੀ ਆਰਾਮ ਨਾਲ, ਮੁੰਡੇ ਦੀ ਤਾਂ ਕੋਈ ਗੱਲ ਨਹੀਂ ਹਜੇ, ਹਜੇ ਤਾਂ ਛੋਟਾ ਵਾ। ਉਹ ਪਿੱਛੇ ਪਿਆ ਹੋਇਆ ਮੇਰੀ ਐਡਮਿਸ਼ਨ ਕਰਾਓ, ਤੁਹਾਨੂੰ ਨਹੀਂ ਪਤਾ ਮੇਰਾ ਸਿਰ ਖਾਂਦਾ ਨਾ, ਤੁਹਾਨੂੰ ਨਹੀਂ ਕਹਿੰਦਾ ਸਿੱਧੇ ਮੈਨੂੰ, ਤੇ ਕਹਿੰਦਾ ਪਿਆ ਨਾ ਮੰਮੀ ਨੂੰ, ਤਾਂ ਇਹਨੇ ਕਹਿਣਾ ਹੀ ਨਹੀਂ। ਹੁਣ ਹੁਣ ਪਤਾ ਨਾਨੀ ਵੀ ਕਿੰਜਦੀ ਮੇਰੀ, ਸਭ ਸਭ ਕੁਝ ਦੱਸਤਾ ਉਹਨਾਂ ਨੇ। ਚੰਗਾ ਹੁਣ ਸ਼ਾਂਤ ਹੋ ਜਾ, ਕੋਈ ਗੱਲ ਨਹੀਂ, ਕਰਦੇ ਅਸੀਂ ਗੱਲ ਤੇਰੇ ਮੁੰਡੇ, ਤੈਨੂੰ ਛੇ ਛੇ ਦੀ ਜੋ ਵੀ ਕਰਨਾ ਤੇਰਾ ਕਰ, ਤੇਰੇ ਆਪਣੇ ਘਰ ਜਾ, ਉੱਥੇ ਐਡਮਿਸ਼ਨ ਕਰਾਈ ਆਪਣੇ ਬੱਚੇ ਦੀ, ਚੰਗਾ? ਨਾਲੇ ਸ਼ੰਮੀ ਭਾਬੀ ਕਿੱਥੇ ਆ? ਮੈਨੂੰ ਯਾਦ ਨਹੀਂ ਆਉਂਦੇ। ਸ਼ੰਮੀ ਭਾਬੀ ਕੀ, ਉਹ ਸਵੇਰ ਦਾ ਕੋਈ ਜ਼ਰੂਰੀ ਕੰਮ ਸੀ ਉੱਥੇ ਗਈ ਆ, ਤੈਨੂੰ ਪਤਾ ਘਰ ਦਾ ਕਿੰਨਾ ਕੰਮ ਸੀ, ਮੈਂ ਤਾਂ ਨਾ ਸ਼ਦੈਣ ਹੋ ਗਈ ਅੱਜ ਸਵੇਰ ਦੀ ਉੱਠੀ, ਜੋ ਉੱਠੀ ਆ, ਮੈਂ ਕਿਹਾ ਚੱਲ ਗੁਰਪ੍ਰੀਤ ਥੋੜ੍ਹਾ ਥੋੜ੍ਹਾ ਬਹੁਤ ਰਹਿਣ ਦਿੰਦੇ ਕੰਮ ਡਾਊਗੀ, ਤੇ ਤੂੰ ਪਤਾ ਨਹੀਂ ਕਿੱਧਰ ਨਿਕਲ, ਰਹਿਣ ਦਿੰਦੇ ਮੈਂ ਆਉਣਾ ਹੀ ਸੀ। ਚੱਲ ਹੁਣ ਮੇਰਾ ਬਹੁਤ ਉੱਦਾਂ ਕਰ ਕਿ ਕਿਚਨ 'ਚ ਥੋੜ੍ਹੇ ਜਿਹੇ ਭਾਂਡੇ ਆ ਉਹ ਸਾਫ਼ ਕਰ ਲੈ, ਤੇ ਕੁਛ ਮੈਂ ਦੁਪਹਿਰ ਵਾਸਤੇ ਥੋੜ੍ਹਾ ਬਹੁਤ ਕੁਛ ਬਣਾ ਲਾ, ਜੋ ਵੀ ਖਾਣਾ ਵਾ। ਚਲੋ ਮੈਂ ਬਣਾ ਲੈਂਦੀ, ਫਿਕਰ ਨਾ ਕਰੋ, ਬਾਕੀ ਤੁਹਾਨੂੰ ਤਾਂ ਪਤਾ ਹੀ ਹੋਣਾ ਗਈ ਕਿੱਥੇ। ਨਹੀਂ ਨਹੀਂ ਬਾਊ, ਮੈਨੂੰ ਨਹੀਂ ਪਤਾ, ਪਤਾ ਨਹੀਂ ਕੋਈ ਜ਼ਰੂਰੀ ਕੰਮ ਗਈ ਹੈ। ਤੁਹਾਨੂੰ ਤਾਂ ਸਭ ਪਤਾ ਹੈ। ਚੱਲ ਸ਼ਦੈਣੇ ਜੀ, ਤੁਹਾਡੇ ਤੋਂ ਕੋਈ ਪਰਦਾ ਥੋੜ੍ਹੀ ਹੈ ਸ਼ੰਮੀ ਭਾਬੀ ਦਾ, ਤੁਹਾਡੇ ਦੋਵਾਂ ਦੀ ਕੋਈ ਗੱਲ ਨਹੀਂ, ਕੋਈ ਮੈਂ ਲੱਗ ਜੂਗਾ, ਤੈਨੂੰ ਵੀ ਪਤਾ, ਜਾਂ ਤੂੰ ਮੈਂ ਜਿਹੜਾ ਕੰਮ ਗਿਆ ਉਹ ਕਰ ਲਾ। ਯਾਰ ਤੁਹਾਡੇ ਤੋਂ ਪਰਦਾ ਥੋੜ੍ਹੀ ਹੈ, ਮੈਂ ਕਿਹੜੀ ਓਪਰੀ ਹਾਂ, ਤੁਸੀਂ ਮੈਨੂੰ ਵੀ ਦੱਸ ਦਿਓ ਨਾ, ਮੈਂ ਨਹੀਂ ਦੱਸਦੀ। ਮੇਰੀ ਗੱਲ ਸੁਣ ਬਾਊ, ਮੈਨੂੰ ਕਲੀਅਰ ਨਹੀਂ ਪਤਾ, ਆਊਗੀ ਮੈਨੂੰ ਪੁੱਛੂਗੀ, ਮੈਂ ਤੇ ਆਪ ਇੱਕ ਨਹੀਂ ਸਵੇਰ ਦੀ ਚੱਲ ਕਿੱਥੇ ਗਈ ਆ, ਮੈਨੂੰ ਮਾੜਾ ਵੀ ਹਾਲੇ ਵੀ ਤੁਸੀਂ ਮੈਨੂੰ ਓਪਰਾ ਹੀ ਸਮਝ ਦਿਓ ਹਨਾ, ਕਹਿੰਦੇ ਮੰਮੀ ਨੂੰ ਦੱਸ ਦੇਣਾ, ਵੇਖ ਲਓ ਤੁਸੀਂ ਹਾਲੇ ਵੀ ਮੈਨੂੰ ਨਹੀਂ ਆਪਣੇ ਨਾਲ। ਮੈਨੂੰ ਤਾਂ ਲੱਗਦਾ ਕੱਲ੍ਹ ਵਾਲੀ ਕੋਈ ਗੱਲ ਸੀ, ਜਿਹੜੇ ਚੋਲਾਂ ਤੋਂ ਪਤਾ ਨਹੀਂ ਰੱਜ ਭਾਈ ਨੇ ਕਿਉਂ ਖਿੱਚ ਕੇ ਪਿੱਛੇ ਕਰਤੇ, ਚੋਲ ਸਾਨੂੰ ਦੋਵਾਂ ਨੂੰ ਨਹੀਂ ਖਾਣ ਦਿੱਤੇ, ਕੋਈ ਗਲਤ ਨਹੀਂ, ਇਸੇ ਕਰਕੇ ਤਾਂ ਨਹੀਂ ਕਿਤੇ ਗਏ। ਉਹ ਤਾਂ ਮੈਨੂੰ ਵੀ ਟੈਨਸ਼ਨ ਆ ਵੀ ਉਹਨਾਂ ਤੁਹਾਨੂੰ ਮਾਵਾਂ ਧੀਆਂ ਨੂੰ ਚੋਲ ਖਾਣ ਨਹੀਂ ਦਿੱਤੇ, ਤੇ ਸਾਨੂੰ ਚੇਚਾ ਪੁੱਛ ਕੇ ਗਏ ਵੀ ਤੁਸੀਂ ਚੋਲ ਖਾ ਲਏ। ਅੱਛਾ, ਤੁਹਾਨੂੰ ਪੁੱਛ ਕੇ ਗਏ ਸੀ? ਤੇ ਹੋਰ ਕੀ, ਫਿਰ ਹੀ ਤੁਹਾਡੇ ਵੱਲ ਭੱਜੇ ਗਏ ਹੈ? ਸਾਡੇ ਹੱਥੋਂ ਤਾਂ ਪਲੇਟਾਂ ਹੀ ਖੋ ਲਈਆਂ ਉਹਨਾਂ ਨੇ। ਆਹੀ ਤਾਂ ਗੱਲ ਆ, ਕੋਈ ਗੱਲ ਨਹੀਂ, ਇਹ ਵੀ ਗੱਲ ਤੁਹਾਨੂੰ ਖਵਾਉਣ ਲੱਗੇ ਸੀ, ਹੁਣ ਉਹ ਤੇਰੇ ਭਰਾ ਨੂੰ ਪਤਾ ਹੋਊਗਾ ਜਾਂ ਤੇਰੇ ਫਿਰ ਮਾਂ ਨੂੰ ਪਤਾ ਹੋਊਗਾ, ਉਹਨਾਂ ਨੇ ਕਿਹੜਾ ਮੈਨੂੰ ਦੱਸਣਾ, ਉਹਨਾਂ ਨੇ ਦੋਵਾਂ ਨੇ ਕਿਹੜਾ ਮੈਨੂੰ ਦੱਸਣਾ। ਕੋਈ ਗੱਲ ਨਹੀਂ, ਦੱਸਣਗੇ ਹੁਣ ਸਾਰਾ ਕੁਛ, ਵੇਖੀ ਜਾਂ ਤੂੰ ਜਿਹੜਾ ਤੈਨੂੰ ਕੰਮ ਕਿਹਾ ਨਾ ਉਹ ਕਰ। ਚਲੋ ਗੁਰਪ੍ਰੀਤ, ਹੁਣ ਨਾ ਮੈਂ ਬੜਾ ਹੀ ਥੱਕ ਗਈ ਹਾਂ, ਤੂੰ ਹੁਣ ਨਾ ਕਿਚਨ ਦਾ ਥੋੜ੍ਹਾ ਸਾਂ ਲੈ। ਸ਼ਮੀ ਆ ਗਿਆ ਭਾਬੀ, ਕਿੱਥੇ ਗਈ ਸੀ ਤੁਸੀਂ? ਬਸ ਇੱਥੇ ਬਾਹੋ ਜਾਂ ਪਾਣੀ ਲੈ ਗਿਆ ਘੁੱਟ ਮੇਰੇ ਵਾਸਤੇ। ਸ਼ਮੀ ਤੂੰ ਦੱਸ ਕੇ ਨਹੀਂ ਗਈ, ਚੁੱਪ ਕਰਕੇ ਨਿਕਲ ਗਈ। ਦੀਦੀ ਤੁਸੀਂ ਕੰਮ ਲੱਗੇ ਹੋਏ ਸੀ ਤੇ ਮੈਂ ਕਿਹਾ ਧੁੱਪ ਬੜੀ ਚੜ ਜਾਣੀ ਆ, ਭਾਵੇਂ ਐਕਟੀਵਾ ਤੇ ਜਾਓ ਤੇ ਧੁੱਪ ਬੜੀ ਲੱਗਦੀ ਮੁੜ ਕੇ। ਤੇ ਗਈ ਕਿੱਥੇ ਸੀ ਤੂੰ? ਤੁਹਾਨੂੰ ਤਾਂ ਪਤਾ ਹੀ ਆ ਕੱਲ ਕੀ ਕੁਝ ਹੋਇਆ ਵਾ। ਉਹ ਤੇ ਮੈਨੂੰ ਪਤਾ ਵਾ, ਪਰ ਤੂੰ ਅਚਾਨਕ ਕਿੱਥੇ ਗਈ ਸੀ? ਇਹਨਾਂ ਦੇ ਅਰੇਂਜਮੈਂਟ ਕਰਨ ਗਈ ਸੀ ਸਾਰੇ ਟੱਬਰ ਦਾ। ਵੇਖੋ ਕੁਝ ਵੀ ਸਾਨੂੰ ਇੱਥੇ ਹੋ ਜੇ ਤੇ ਸਾਡਾ ਕੌਣ ਵਾਲੀ ਵਾਰਸ ਆ? ਇਹ ਤਾਂ ਗੱਲ ਠੀਕ ਆ, ਸਮਝਦੇ ਪਏ ਜੇ ਨਾ? ਗੱਲ ਦਾ ਤਾਂ ਮੈਂ ਵੀ ਬੜੀ ਡਰੀ ਗਈ ਹਾਂ। ਬਸ ਇਸੇ ਕਰਕੇ ਮੈਂ ਇਹਨਾਂ ਦੇ ਪ੍ਰਬੰਧ ਕਰਨ ਗਈ ਸੀ ਵੀ ਹੁਣ ਸਾਨੂੰ ਕੁਝ ਦੇ ਕੇ ਮਾਰ ਦੇਣ ਜਾਂ ਕੁਝ ਵੀ ਆ ਕਰਨ ਤੇ ਉਹਦੇ ਜ਼ਿੰਮੇਵਾਰੇ ਖੁਦ ਹੀ ਹੋਣਗੇ, ਜਾਂ ਸਾਨੂੰ ਇੱਥੇ ਹੁਣ ਉੱਦਾਂ ਵੀ ਕੁਝ ਹੋ ਜਾਊਗਾ ਨਾ, ਇਹੋ ਰਿਸਪੋਂਸੀਬਲ ਸਾਰਾ ਟੱਬਰ ਹੋਊਗਾ ਤੇ ਇੱਥੇ ਮੈਂ ਗੁਰਪ੍ਰੀਤ ਨੂੰ ਕੱਢ ਕੇ। ਆ ਵਧੀਆ ਕੀਤਾ ਤੂੰ, ਕਿੱਥੇ ਗਏ ਸੀ ਦੱਸ ਦਿੰਦੇ ਹਾਂ ਤੈਨੂੰ ਵੀ ਕਿੱਥੇ ਗਈ ਸੀ। ਆ ਚੱਲ ਗੱਲ ਸੁਣ, ਪਹਿਲੇ ਤੂੰ ਦੱਸ ਦੇ ਚੰਗੀ ਤਰ੍ਹਾਂ ਸਾਡੇ ਵਾਲੀ ਹੈ ਨਾ, ਕਿਤੇ ਮਾਂ ਭਰਾ ਵੱਲ ਦੀ ਤਾਂ ਨਹੀਂ? ਨਹੀਂ ਨਹੀਂ ਭਾਬੀ, ਮੈਂ ਉਹਨਾਂ ਵੱਲ ਕਿਉਂ ਆਉਣਾ ਜਿਹੜਾ ਮੇਰਾ ਤੇ ਮੇਰੇ ਬੱਚੇ ਦਾ ਨਹੀਂ, ਸੋਚਦੇ ਨਾ ਉਹਨਾਂ ਵੱਲ ਜਾਣਾ, ਉਹਨਾਂ ਦੇ
ਵੀ ਵਧੀਆ ਰਹੇਗੀ ਜੇ ਤੂੰ ਉਹਨਾਂ ਨਾਲ ਰਹੇਗੀ ਤੇ ਫਿਰ ਤੇਰਾ ਵੀ ਨਾਂ ਨਾਲ ਹੀ ਕਮਾਉਣਾ ਪੈਣਾ ਉੱਥੇ ਕਿ ਜੇ ਸਾਨੂੰ ਇੱਥੇ ਕੁਝ ਵੀ ਹੋ ਗਿਆ ਜਾਂ ਸਾਨੂੰ ਕੋਈ ਵੀ ਪ੍ਰੋਬਲਮ ਹੋਈ ਤੇ ਜ਼ਿੰਮੇਵਾਰ ਸਾਰਾ ਟੱਬਰ ਹੋਊਗਾ ਤੁਹਾਨੂੰ ਪਤਾ ਨਣਾਨਾ ਸਾਰਾ ਤੋਂ ਪਹਿਲੇ ਵਿੱਚ ਆਉਂਦੀਆਂ ਮੈਂ ਇੱਥੇ ਕੰਪਲੇਂਟ ਕਰ ਆਈ ਆ ਅੱਛਾ ਹਾਂ ਵੀ ਸਾਨੂੰ ਦੋਵਾਂ ਨੇ ਇੱਥੇ ਕੁਝ ਵੀ ਹੋਇਆ ਤੇ ਬਸ ਸਾਰਾ ਟੱਬਰ ਚੁੱਕ ਕੇ ਲੈ ਲਓ ਇੱਕਦਮ ਤੋਂ ਹੀ ਚਲ ਗਈ ਕੰਪਲੇਂਟ ਹੋਣਾ ਕੀ ਆ ਕੱਲ ਤੈਨੂੰ ਪਤਾ ਨਹੀਂ ਜਿਹੜਾ ਤੇਰਾ ਭਰਾ ਇੱਕਦਮ ਆਇਆ ਇੱਥੇ ਸਾਨੂੰ ਪੁੱਛ ਕੇ ਗਿਆ ਚੌਲ ਖਾ ਲਏ ਤੁਸੀਂ ਕਿ ਨਹੀਂ ਤੇ ਮੁੜ ਕੇ ਤੁਹਾਡੇ ਵੱਲ ਭੱਜਾ ਗਿਆ ਵਾ ਅਕਸਰ ਉਹਨੇ ਜ਼ਰੂਰ ਕੁਛ ਨਾ ਕੁਛ ਪਾਇਆ ਸੀ ਵਿੱਚ ਉਹਨੇ ਚੋਲਾਂ ਚ ਕਮਾਂ ਤੇ ਕਿਉਂ ਤੁਹਾਡੇ ਕੋਲ ਖੋਲੇ ਅੱਗੋਂ ਜੋ ਕਿ ਅੰਦਰ ਛਿਪਕਲੀ ਫਿਰੀ ਹੈ ਸਮਾਨ ਨਹੀਂ ਆ ਛਿਪਕਲੀ ਦੇ ਕੋਈ ਗੱਲ ਨਹੀਂ ਜੋ ਮਰਜ਼ੀ ਫਿਰਿਆ ਹੋਵੇ ਚਲੋ ਤੁਸੀਂ ਕਰਵਾ ਲਈ ਕੰਪਲੇਂਟ ਮੇਰੇ ਤੇ ਨਹੀਂ ਤੂੰ ਕਰਵਾਈ ਮੈਂ ਤੁਹਾਨੂੰ ਤਾਂ ਕੁਛ ਨਹੀਂ ਕਹਿੰਦੀ ਹੁਣ ਨਹੀਂ ਨਹੀਂ ਗੁਰਪ੍ਰੀਤ ਤੂੰ ਠੀਕ ਹੈਗੀ ਆ ਤੂੰ ਦਿਲੋਂ ਕਰਦੀ ਮੈਂ ਇੰਨਾ ਪਰਖ ਲਿਆ ਤੈਨੂੰ ਬਾਕੀ ਇਹ ਕਰਨਗੇ ਨਾ ਤੇ ਇਹ ਭੁਗਤਣਗੇ ਤੇ ਜੇ ਤੂੰ ਇਹਨਾਂ ਦਾ ਸਾਥ ਦੇਵੇਂਗੀ ਨਾਲ ਤੇ ਫਿਰ ਤੂੰ ਵੀ ਨਾਲ ਹੀ ਡੁੰਗੀ ਜਾਏਂਗੀ ਗੱਲ ਤੇ ਇੱਕ ਹੀ ਆ ਨਹੀਂ ਮੈਂ ਨਹੀਂ ਸਾਥ ਦੇਣਾ ਮੈਂ ਚੱਕਰਾਂ 'ਚ ਨਹੀਂ ਪੈਣਾ ਹਾਂ ਚਲੋ ਚਾਹ ਬਣਾ ਕੇ ਲਿਆ ਗੁਰਪ੍ਰੀਤ ਘੁੱਟ ਹੈ ਮੇਰੇ ਵਾਸਤੇ ਤੇ ਵਿਮਲ ਦੀਦੀ ਜੋ ਮਰਜ਼ੀ ਸਮਝ ਲਾ ਦੀਦੀ ਇਹ ਸੂਤਰ ਹੋ ਜਾਣਗੇ ਤੈਨੂੰ ਮੈਂ ਇੰਨੀ ਗੱਲ ਕਹਿ ਦਿੰਦੀ ਹਾਂ ਤੇ ਸਾਡਾ ਇੱਥੇ ਕੋਈ ਵਾਲਵੀਂ ਗੱਲ ਕਰ ਸਕਦਾ ਆਹ ਤੇ ਤੂੰ ਵਧੀਆ ਕੀਤਾ ਵੈ ਇਹਨਾਂ ਨੂੰ ਮਾੜਾ ਮੋਟਾ ਤੇ ਹੋਣੀ ਚਾਹੀਦੀ ਆ ਨਾ ਪ੍ਰਿੰਟ ਕੀ ਉੱਥੇ ਕਰਾ ਕੇ ਆਈਆਂ ਕੁਛ ਤਾਂ ਹੀ ਹਟਣਗੇ ਉਹਨਾਂ ਨਾਲ ਸੱਚੀ ਮਾਰਤ ਨੇ ਬਾਹੂ ਗੁਰਪ੍ਰੀਤ ਨੂੰ ਕਾਹਦੇ ਲਈ ਦੱਸਿਆ ਵਾ ਗੁਰਪ੍ਰੀਤ ਨੇ ਤਾਂ ਹੁਣ ਕਹਿਣਾ ਵਾ ਉਹਨਾਂ ਨੂੰ ਸਾਰਾ ਕੁਝ ਵੇਖ ਭਾਬੀ ਗੱਟੀ ਦਾ ਫੋਨ ਤਾਂ ਨਹੀਂ ਆਉਣ ਡਿਆ ਚੱਲ ਬਾਅਦ ਚ ਗੱਲ ਕਰੂੰਗੀ ਗੁਰਪ੍ਰੀਤ ਨੇ ਉਹਨਾਂ ਨੂੰ ਜਾ ਕੇ ਕਹਿਣਾ ਹੁੰਦਾ ਉੱਥੇ ਸ਼ਮੀ ਭਾਬੀ ਆ ਗੱਲ ਕਹਿਣਗੀ ਭਾਵੇਂ ਜੋ ਮਰਜ਼ੀ ਜਿੰਨੀ ਮਰਜ਼ੀ ਸਾਡੇ ਵੱਲ ਆ ਮਾਂ ਨੂੰ ਦੱਸੂਗੀ ਆਹੋ ਧੀਆਂ ਮਾਰਦੀਆਂ ਬਣ ਜਾਂਦੀਆਂ ਮੈਂ ਤੇ ਗੇਟ ਵੜ ਗਏ ਮੈਨੂੰ ਲੱਗਦਾ ਸ਼ਦਾਈ ਸੁਨਿਆਰਾ ਫੇਰ ਆ ਗਏ ਇਹਦੇ ਨਾਲ ਤੇ ਅੱਜ ਮੈਂ ਗੱਲ ਕਰਦੀ ਮੈਨੂੰ ਲੱਗਦਾ ਮੰਮੀ ਨੇ ਕਿਹਾ ਹੈਗੀ ਉਹ ਇਹੋ ਹੀ ਆ ਕਿ ਚੱਲ ਖਲੋ ਜਾ ਖਲ ਜਰਾ ਦਰਅਸਲ ਗੱਲ ਏਦਾਂ ਹੈ ਮੈਂ ਨਾ ਤੁਹਾਨੂੰ ਆਂਟੀ ਦੀ ਥੋੜੀ ਜਿਹੀ ਅਸਲੀਅਤ ਦੱਸਣਾ ਚਾਹੁੰਦੀ ਹਾਂ ਅਸਲੀਅਤ ਹਾਂਜੀ ਵੇਖੋ ਹੈਗੇ ਸਾਡੇ ਮੰਮੀ ਆ ਤੇ ਸਾਡੇ ਤੋਂ ਵੱਧ ਉਹਨਾਂ ਨੂੰ ਕੋਈ ਨਹੀਂ ਜਾਣ ਸਕਦਾ ਤੁਸੀਂ ਆਏ ਜੇ ਰਿਸ਼ਤੇ ਵਜੋਂ ਆਏ ਜੇ ਨਾ ਤੇ ਇੱਥੇ ਤੁਹਾਡਾ ਰਿਸ਼ਤਾ ਕੋਈ ਨਹੀਂ ਜੇ ਹੋਣਾ ਕਿਉਂ ਕੀ ਗੱਲ ਹੋ ਗਈ ਨਾ ਇਹ ਸਿਰਫ ਤੁਹਾਡੇ ਕੋਲ ਪੈਸੇ ਠੱਗੇ ਜਾਣ ਡੇ ਨੇ ਤੁਹਾਨੂੰ ਮਸਕਾ ਮਾਰ ਕੇ ਕੋਈ ਕੁੜੀ ਨਹੀਂ ਜੇ ਉਹਨਾਂ ਨੇ ਵੇਖੀ ਤੁਹਾਡੇ ਵਾਸਤੇ ਤੇ ਇਹ ਤੁਹਾਡੇ ਨਾਲ ਨਹੀਂ ਪਤਾ ਨਹੀਂ ਕਿੰਨੇ ਮੁੰਡਿਆਂ ਨਾਲ ਉਹਨਾਂ ਨੇ ਇੱਦਾਂ ਕੀਤਾ ਵਾ ਤੇ ਠੱਗੀ ਮਾਰ ਕੇ ਤੇ ਪੈਸੇ ਖਾਧੇ ਤੁਸੀਂ ਪਤਾ ਨਹੀਂ ਕਿਹੜੀ ਦੁਨੀਆ 'ਚ ਰਹਿੰਦੇ ਜੇ ਤੁਹਾਨੂੰ ਪਤਾ ਨਹੀਂ ਲੱਗਦਾ ਵੀ ਇਹ ਤੇ ਹੈ ਹੀ ਇੱਦਾਂ ਦੇ ਇਹਨਾਂ ਦੇ ਤਾਂ ਸਾਰੇ ਧੁੰਮ ਪਈ ਆ ਬਾਹਰ ਤੇ ਤੁਸੀਂ ਆਣ ਕੇ ਇੱਥੇ ਬਹਿ ਜਾਂਦੇ ਜੇ ਭਾਜੀ ਕਿੰਨੇ ਪੈਸੇ ਲੈਣੇ ਭਲਾ ਤੁਸੀਂ ਉਹਨਾਂ ਕੋਲੋਂ ਮੈਂ ਉਹਨਾਂ ਤੋਂ 3,20,000 ਰੁਪਇਆ ਲੈਣਾ ਵਾ ਤੇ ਉਸ ਤੋਂ ਮਾਤਾ ਨੇ ਮੇਰੇ ਤੋਂ ਹੋਰ ਗਰਾ ਲਏ ਮੈਂ ਲੋਕਾਂ ਤੋਂ ਗਰਾਹੀ ਕਰਦਾ ਹਾਂ ਮੇਰੇ ਤੋਂ ਕਰ ਗਈ ਭਾਜੀ ਮੈਂ ਉਹੀ ਤੇ ਕਹਿਣ ਦੀ ਆ ਤੁਸੀਂ ਕਿੰਨਾ 1,00,000 ਰੁਪਇਆ ਦੇ ਕੇ ਗਏ ਜੀ ਨਾ ਉਦਣ ਮੈਂ ਸੁਣਨ ਦੀ ਸੀ ਤੁਹਾਡੀਆਂ ਸਾਰੀਆਂ ਗੱਲਾਂ ਦੋਵਾਂ ਜਾਣੀਆਂ ਦੀ ਅੱਛਾ 1,00,000 ਰੁਪਇਆ ਤੁਹਾਡੇ ਕੋਲ ਗਰਾਹੀ ਇੱਕ ਕਰ ਲਈ ਤੇ 10,000 ਰੁਪਇਆ ਤੁਸੀਂ ਪਹਿਲੇ ਦੇ ਕੇ ਗਏ ਤੇ ਹੁਣ ਤੁਹਾਨੂੰ ਹੋਰ ਕਿੰਨੇ ਕਹੇ ਉਹਨਾਂ ਨੇ ਹੋਰ ਵੀ ਕਹੇ ਨਾ ਤੁਹਾਨੂੰ ਮੰਮੀ ਨੇ ਤੂੰ ਤੱਕ ਲਈ ਜਾਂਦੇ ਮੇਰੇ ਤੋਂ ਕੁੜੀ ਦੇ ਨਾਂ ਤੇ ਤੇ ਕੁੜੀ ਕੜੀ ਕੋਈ ਨਹੀਂ ਜੇ ਹੈਗੀ ਇਹ ਤੁਹਾਡੇ ਕੋਲ ਜਿਹੜੇ ਪੈਸੇ ਤੁਸੀਂ ਮੰਗਣ ਆਏ ਜੇ ਨਾ ਉਹ ਤੁਹਾਡੇ ਕੋਲ ਕਢਾਏ ਜਾਣ ਡੇ ਜੇ ਪੈਸੇ ਤੇ ਭਾਜੀ ਬਚ ਜੋ ਇਹਨੇ ਤੁਹਾਨੂੰ ਉਹ ਠੱਗਣਾ ਜੇ ਨਾ ਤੁਹਾਡੇ ਪੱਲੇ ਕੱਖ ਨਹੀਂ ਨੇ ਛੱਡਣਾ ਜਿੰਨਾ ਕਿਹਾ ਵਾ ਨਾ ਤੁਹਾਡੇ ਕੋਲ ਇਹਨੇ ਵਸੂਲ ਲੈਣਾ ਜੇ ਅੱਛਾ ਅਸੀਂ ਸਾਰੇ ਮੁਲਕ ਨੂੰ ਕੁੰਡੀਆਂ ਲਾਈਏ ਤੇ ਇਹ ਮਾਤਾ ਮੈਨੂੰ ਕੁੰਡੀਆਂ ਲਾਈ ਜਾਂਦੀ ਆ ਦੀਦੀ ਇਹਨਾਂ ਨੂੰ ਇੰਨੀ ਗੱਲ ਸਮਝਾ ਦਿਓ ਤੁਸੀਂ ਤਾਂ ਮਾਤਾ ਦੇ ਪਾਸਕੂਬ ਨਹੀਂ ਤੁਸੀਂ ਤੇ ਇੱਕ ਕੁੰਡੀ ਲਾਉਂਦੇ ਹੋਣੇ ਆ ਮਾਤਾ 1,000 ਕੁੰਡੀ ਸੁੱਟਦੀ ਦਿਹਾੜੀ ਦੀ ਤੁਸੀਂ ਤਾਂ ਪਤਾ ਨਹੀਂ ਰਹਿੰਦੇ ਕਿੱਥੇ ਰਹੇ ਜੇ ਇਹਦੀ ਤਾਂ ਸਾਰੇ ਲਾਗੇ ਚਾ ਕੇ ਧੁੰਮ ਪਈ ਆ ਬੀਬਾ ਤੁਸੀਂ ਮੈਨੂੰ ਉਦੋਂ ਦੀ ਦੋਵੇਂ ਜਿਹੜੀ ਦੱਸਦੀਆਂ ਤੁਸੀਂ ਕਿਉਂ ਚੁੱਪ ਰਹੀਆਂ ਜੇ ਭਾਜੀ ਅਸੀਂ ਤੁਹਾਨੂੰ ਕੀ ਦੱਸਦੇ ਅਸੀਂ ਤੇ ਕਿੰਨੇ ਦਿਨਾਂ ਦੇ ਵੇਖਣ ਦੇ ਅਸੀਂ ਕਿ ਅੱਜ ਦੱਸੀਏ ਕਿਉਂਕਿ ਮੰਮੀ ਲਾਗੇ ਹੁੰਦੇ ਸੀ ਅਸੀਂ ਦੱਸ ਨਹੀਂ ਨਾ ਸਕਦੇ ਭਾਜੀ ਅਸੀਂ ਉਹਨਾਂ ਸਾਹਮਣੇ ਨਹੀਂ ਦੱਸ ਸਕਦੇ ਤੁਹਾਨੂੰ ਸਾਡੇ ਘਰ 'ਚ ਕਲੇਸ਼ ਪੈ ਜਾਣਾ ਵਾ ਅਸੀਂ ਤੇ ਤੁਹਾਨੂੰ ਸਮਝਾਉਂਦੇ ਆ ਕਿ ਇਹਨਾਂ ਕੋਲੋਂ ਬਚ ਜਾਓ ਇਹ ਤੇ ਵੱਡੇ ਠੱਗ ਨੇ ਤੁਸੀਂ ਸੁਣਿਆ ਨਹੀਂ ਕਦੀ ਇਹਨਾਂ ਬਾਰੇ ਮੈਂ ਸੁਣਿਆ ਤਾਂ ਸੀ
ਪਰ ਮੈਂ ਆਹ ਚੱਕਰ ਚ ਫਸ ਗਿਆ ਕੁੜੀ ਵਾਲੇ ਚੱਕਰ ਚ ਮੇਰਾ ਰਿਸ਼ਤਾ ਨੀ ਹੋਣ ਦਿਆ ਕਦੋਂ ਦਾ ਤੇ ਮਾਤਾ ਨੇ ਲਾਇਆ ਵੀ ਉਹੀ ਹਿਸਾਬ ਮੇਰੇ ਤੇ ਬਾਜੀ ਕੋਈ ਗੱਲ ਨੀ ਰੱਬ ਤੇ ਭਰੋਸਾ ਰੱਖੋ ਤੁਹਾਡਾ ਰਿਸ਼ਤਾ ਛੇਤੀ ਤੋਂ ਛੇਤੀ ਹੋ ਜਾਏਗਾ ਦੱਸੋ ਤੁਹਾਨੂੰ ਕੁੜੀਆਂ ਦਾ ਘਾਟਾ ਵਾ ਇੰਨੀ ਮਿਹਨਤ ਤੁਸੀਂ ਕਰਦੇ ਹੋ ਤੇ ਕੁੜੀ ਕਿਉਂ ਨਾ ਮਿਲੂਗੀ ਜੇ ਤੁਸੀਂ ਇਹਦੇ ਥਰੂ ਰਿਸ਼ਤਾ ਕੀਤਾ ਨਾ ਤੇ ਤੁਹਾਡੀ ਦੁਕਾਨ ਵੀ ਚੁੱਕੀ ਜਾਣੀ ਆ ਸੁਨਿਆਰੇ ਦੀ ਸ਼ਮੀ ਉਹਨਾਂ ਨੇ ਵੇਖ ਲਿਆ ਕਿ ਇਹ ਜਿਹੜਾ ਰਿਸ਼ਤਾ ਕਰਾਉਂਗੀ ਨਾ ਕਹੂੰਗੀ ਤੇ ਇਹ ਮੁੰਡਾ ਫਸਿਆ ਹੀ ਫਸਿਆ ਭਾਜੀ ਉਹਨਾਂ ਨੇ ਤੁਹਾਡੀ ਜਿਹੜੀ ਦੁੱਖ ਦੀ ਨਬਜ਼ ਸੀ ਨਾ ਉਹ ਫੜ ਲਈ ਆ ਉਹਨਾਂ ਨੂੰ ਪਤਾ ਸੀ ਕਿ ਜੇ ਇੱਦਾਂ ਕਰੂੰਗੀ ਨਾ ਤੇ ਇਹ ਮੁੰਡਾ ਮੇਰੇ ਹੱਥ ਆਇਆ ਹੀ ਆਇਆ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤੁਸੀਂ ਮੈਨੂੰ ਬਚਾ ਲਿਆ ਨਹੀਂ ਤਾਂ ਜਿਹੜੇ ਹਿਸਾਬ ਨਾਲ ਉਹਨਾਂ ਨੇ ਕੁੜੀ ਦੀ ਫੋਟੋ ਵਿਖਾਈ ਸੀ ਨਾ ਉਸ ਹਿਸਾਬ ਨਾਲ ਮੈਂ ਠੱਗਿਆ ਗਿਆ ਹਾਂ ਮੈਂ ਤਾਂ ਉਦੋਂ ਹਿਸਾਬ ਲਾਉਂਦਿਆਂ ਮੈਂ ਹਾਂ ਕੁੜੀ ਗਰੀਬ ਤੇ ਲੱਗਦੀ ਨਹੀਂ ਉਹਨੇ 10-15 ਹਜ਼ਾਰ ਦਾ ਪਲਾਜੋ ਜਿਹਾ ਹੀ ਪਾਇਆ ਆਪਣੇ ਕਿਹੜਾ ਸੂਟ ਜਿਹਾ ਪਾਇਆ ਕੁੜੀ ਨੇ ਜੇ ਰਿਸ਼ਤਾ ਕਰਾਉਣਾ ਆ ਤੇ ਕਿਤੇ ਹੋਰ ਜਾ ਕੇ ਕਰਾ ਲੋ ਇੱਥੋਂ ਨਿਕਲੋ ਭਾਜੀ ਤੇ ਜਿਹੜੇ ਪੈਸੇ ਤੁਸੀਂ ਇਹਨਾਂ ਨੂੰ ਦੇ ਕੇ ਗਏ ਜੇ ਹੁਣ 3 ਲੱਖ ਕਿੰਨਾ ਤੁਸੀਂ ਲੈਣਾ ਸੀ ਤੇ ਜਿਹੜੇ ਹੁਣ ਫੇਰ ਦਿੱਤੇ 4-5 ਲੱਖ ਤੁਹਾਡਾ ਹੋ ਗਿਆ ਉਹ ਪੂਰੇ ਦਾ ਪੂਰਾ ਵਸੂਲ ਕਰੋ ਇਹਨਾਂ ਜਿਨ੍ਹਾਂ ਨੇ ਪੈਸੇ ਉਹਨਾਂ ਕੋਲ ਲੈਣੇ ਕੀ ਸੀ ਉਲਟਾ ਉਹਨਾਂ ਨੇ ਇਹਨਾਂ ਕੋਲ ਲੈ ਲੇ ਵੇਖ ਲਾ ਮੰਮੀ ਦੀਆਂ ਚਾਲਾਂ ਦੇਖੋ ਜੀ ਮਾਤਾ ਤੂੰ ਰਾਣੀ ਦੀ ਸ਼ਰੀਫੀ ਵੇਖੀ ਆ ਦੂਜਾ ਰੂਪ ਨਹੀਂ ਵੇਖਿਆ ਤੂੰ ਅੱਜ ਪੈਸੇ ਤਾਂ ਘਟਾ ਲੂੰਗਾ ਮੈਂ ਸਾਰੇ ਭਾਜੀ ਮੰਮੀ ਆਉਣੀ ਵਾਲੇ ਨੇ ਤੇ ਅਸੀਂ ਉਨੀ ਦੇਰ ਚਾਹ ਬਣਾ ਲਈਏ ਤੁਸੀਂ ਬੈਠੋ ਪਲੀਜ਼ ਉਹਨਾਂ ਨੂੰ ਮਿਲ ਕੇ ਜਾਇਓ ਹੁਣ ਆਪਣੀ ਰਕਮ ਕਢਵਾ ਕੇ ਛੱਡੋ ਮਿਲ ਕੇ ਜਾਊਂਗਾ ਮੈਂ ਜਾਂਦਾ ਨਹੀਂ ਉਤਾ ਕਦੀ ਵੀ ਮੈਂ ਫੋਨ ਕਰਦੀ ਆ ਵੀ ਭਾਜੀ ਆਉਣੀ ਵਾਲੇ ਨੇ ਬਾਹਰ ਨਹੀਂ ਆ ਮਾਤਾ ਮੈਂ ਦੁਨੀਆਂ ਨੂੰ ਚਾਰਦਾ ਤੇ ਤੂੰ ਰਾਣੇ ਨੂੰ ਥੁੱਕ ਲਾ ਦਾ ਬੱਲੇ ਬੜੀ ਚੀਜ਼ ਨਿਕਲੀ ਮਾਤਾ ਚੱਲ ਕੋਈ ਨਾ ਆ ਜਾ ਕਰਦੇ ਆ ਗੱਲ ਤੇਰੇ ਨਾਲ ਸਾਡੀ ਖੈਰ ਨੀ ਦੀਦੀ ਮੇਰੀ ਗੱਲ ਸੁਣ ਚੱਲੀਏ ਐਵੇਂ ਨਾ ਡਰ ਜੇ ਅਸੀਂ ਡਰ ਡਰ ਕੇ ਰਹੇ ਨਾ ਇੱਥੇ ਤੇ ਕੁਝ ਵੀ ਨੀ ਹੋਣਾ ਨਾਲੇ ਆਪਾਂ ਇਨਸਾਨੀਅਤ ਤੌਰ ਤੇ ਭਾਜੀ ਦੀ ਹੈਲਪ ਕੀਤੀ ਆ ਵੇਖ ਇਹਨਾਂ ਨੇ ਉਹਨਾਂ ਕੋਲ ਸੋਨਾ ਬਣਵਾਇਆ ਵਾ 3-4 ਲੱਖ ਪਹਿਲੇ ਲੈਣਾ ਸੀ ਤੇ ਹੁਣ ਉਹ ਗਰੀਬ ਵਿਚਾਰੇ ਕੋਲ ਪਤਾ ਨੀ ਕਿੰਨੇ ਪੈਸੇ ਠੱਗਣ ਦੀ ਆ ਵੇਖ ਕਰਦਾ ਤੇ ਹਰ ਕੋਈ ਮਿਹਨਤ ਹੀ ਆ ਨਾ ਹਰ ਇੱਕ ਦੇ ਮਿਹਨਤ ਤੇ ਪੈਸੇ ਹੁੰਦੇ ਆ ਇਹੋ ਜਿਹੀਆਂ ਉੱਦਾਂ ਹੀ ਲੁੱਟੀ ਜਾਂਦੀਆਂ ਵਾ ਇਸ ਕਰਕੇ ਹੁਣ ਮੈਂ ਭਾਜੀ ਨੂੰ ਦੱਸਦਾ ਵਾ ਨਾ ਉਹਨੇ 5 ਦਾ 10 ਲੱਖ ਨਾ ਨਾ ਕਢਾਇਆ ਤੇ ਮੇਰਾ ਵੀ ਨਾਮ ਮਿਟਾ ਲਈ ਮੈਂ ਤੇ ਕਹਿੰਦੀ ਹਾਂ ਕਢਾਵੇ ਇਹਨਾਂ ਕੋਲ ਇਹਨਾਂ ਨੂੰ ਵੀ ਅਕਲ ਆਵੇ ਇਹ ਕੀ ਜਾਣੂਗੀ ਕਿ ਘਰ ਨੌਵਾਂ ਲਿਆਂਦੀਆਂ ਸੀ ਆਉਂਦੀ ਹੋਣੀ ਭੱਜੀ ਤੇ ਰਾਣੀ ਨੂੰ ਵੇਖ ਕੇ ਨਾ ਉਹਨੇ ਬੜੀ ਖੁਸ਼ ਹੋਣਾ ਆਇਆ ਹੋਰ ਨੀ ਕੋਕਾ ਲਾਇਆ ਕਿਤੇ ਅੱਜ ਫਿਰ ਲਾਗੇ ਹੋ ਹੋ ਬਹਿੰਦੀ ਆ 1,00,000 ਰੁਪਈਆ ਹੋਰ ਦੇ ਦੇ ਉਹ ਨਾ ਕਮਰੇ ਤੇ ਨਾ ਗਾਡਰ ਜੇ ਪੈਣੇ ਆ ਹਾਂ ਹਾਂ ਗਾਡਰ ਪੈਣੇ ਉਹਨਾਂ ਦੇ ਨਾ ਪਿਛਲਾ ਬਾਥਰੂਮ ਦਾ ਬੂਹਾ ਵੀ ਟੁੱਟਾ ਵਾ ਉਹ ਵੀ ਲੱਗਣਾ ਵਾ ਕੋਠੀ ਨੂੰ ਗੇਟ ਲਵਾਉਂਦਾ ਅੱਜ ਕਹਿਣਗੇ ਕੁੜੀ ਦੇ ਸੂਟ ਬੰਨੇ ਆ ਉਹਦੇ ਸੂਟ ਵਧੀਆ ਹੋਣੇ ਚਾਹੀਦੇ ਏਡੇ ਵੱਡੇ ਘਰ ਜਾਣੇ ਆ ਮੈਂ ਕਿਹਾ ਇਹਨੂੰ ਖੁਦ ਨੂੰ ਵਰੀ ਬਣਾ ਕੇ ਦਊਗਾ ਤੂੰ ਹੌਸਲਾ ਤੇ ਕਰ ਮੈਨੂੰ ਗੁੱਸਾ ਚੰਗਾ ਚੜ ਗਿਆ ਵਾ ਚੱਲ ਚਾਹ ਬਿਸਕੁਟ ਦੇ ਲਓ ਚੱਲ ਗੁੱਸਾ ਤੇ ਚੜਨਾ ਹੀ ਆ ਪੈਸੇ ਅਕਸਰ ਪੱਤੇ ਥੋੜੀ ਆ ਮੰਮੀ ਨੂੰ ਗੱਲਾਂ ਬਹੁਤ ਬਣਾਉਣੀਆਂ ਆਉਂਦੀਆਂ ਵਾ ਝੱਟ ਚਾਂਸੇ ਚ ਲੈ ਲੈਂਦੀ ਆ ਮੰਮੀ ਹਰ ਇੱਕ ਬੰਦੇ ਨੂੰ ਇੱਕ ਵਾਰੀ ਆ ਗਿਆ ਰਾਣਾ ਵਾਰ ਵਾਰ ਨੀ ਆਉਂਦਾ ਮਾਤਾ ਤੇਰੀ ਗੱਲਾਂ ਚ ਚਲੋ ਠੀਕ ਆ ਪੀ ਲੋ ਚਾਹ ਭਾਜੀ ਚਲ ਪਾਣੀ ਦਾ ਗਲਾਸ ਹੋਰ ਸੁਣਾ ਕੀ ਹਾਲ ਪੁੱਤ
ਅੱਜ ਮੈਂ ਕਹਿਣ ਹੀ ਡਈ ਸੀ ਕਿ ਅੱਜ ਮੇਰੇ ਘਰ ਕਿਸੇ ਨੇ ਆਣਾ ਸਵੇਰ ਦਾ ਉੱਤੇ ਗੜੀ ਹੋਣਾ ਕਾਂ ਬੋਲੀ ਜਾਣਾ ਕਾਂ ਕਾਂ ਕਰਨ ਡਿਆ ਸੀ ਤੇ ਮੈਨੂੰ ਪਤਾ ਸੀ ਅੱਜ ਮੇਰੇ ਪੁੱਤ ਨਹੀਂ ਆਣਾ ਪੀ ਪੀ ਚਾਹ ਪੀ ਰਿਹਾ ਹਾਂ ਪੀ ਰਿਹਾ ਇਹ ਕਦੋਂ ਦਾ ਆਇਆ ਤੂੰ ਬੇਚਾਰੇ ਔਖੇ ਜੇ ਹੋਣ ਡੇ ਸੀ ਬਾਰੀਆਂ ਲੱਗਣ ਵਾਲੀਆਂ ਰਹਿ ਗਈਆਂ ਲੈਂਟਰ ਤਾਂ ਪੈ ਗਿਆ ਬੇਚਾਰੇ ਕਿਥੋਂ ਲੈਣ ਚੁੱਕੇ ਆ ਤੁਸੀਂ ਗਲੀਆਂ ਚ ਕੁਰਸੀਆਂ ਲੈ ਲੋ ਦੋ ਦੋ ਸੌ ਰੁਪਏ ਵਾਲੀਆਂ ਤੇ ਜੇ ਭਾ ਕਰੀਏ ਤੇ ਫਿਰ 150 ਦੇ ਵੀ ਦੇ ਜਾਂਦੇ ਹਨਾ ਉਹ ਤਾਂ ਕੀ ਗੱਲ ਆ ਹੌਸਲਾ ਕਰ ਹੌਸਲਾ ਕਰ ਤੇਰਾ ਵਿਆਹ ਹੋ ਜਾਊਗਾ ਨਾ ਇੰਨਾ ਉਦਾਸ ਹੋ ਪਤਾ ਨੀ ਕੀ ਗੱਲ ਆ ਮੇਰੀ ਉਂਗਲ ਤੇ ਅੱਜ ਖਾਰਸ਼ ਬੜੀ ਹੋਣ ਡਈ ਸੀ ਤੇ ਰਾਹ ਚ ਕੋਈ ਪੰਡਤ ਤੁਰਿਆ ਜਾਣ ਡਿਆ ਸੀ ਉੱਥੇ ਬੈਠਾ ਤੇ ਬੀਬੀਆਂ ਡਈਆਂ ਸੀ ਹੱਥ ਵਿਖਾਣ ਤੇ ਉਹ ਨਾ ਮੇਰਾ ਹੱਥ ਵੇਖ ਕੇ ਕਹਿੰਦੇ ਆਂਦੇ ਮਾਤਾ ਜੇ ਤੂੰ ਆ ਕਿਤੇ ਉਂਗਲ ਪੀਲੀ ਕਰ ਲਵੇ ਨਾ ਤੇ ਬੜਾ ਹੀ ਮਜ਼ਾ ਆ ਜੇ ਮੈਂ ਕਿਹਾ ਉਹ ਕਿਉਂ ਕਹਿੰਦਾ ਵੇਖੀ ਫਿਰ ਆ ਸਾਰੇ ਜਿਹੜੀਆਂ ਤੂੰ ਬਿਮਾਰ ਸ਼ਮਾਰ ਰਹਿੰਦੀ ਸਭ ਠੀਕ ਹੋਏ ਨਾ ਮੈਂ ਕਿਹਾ ਠੀਕ ਆ ਉਂਗਲ ਕਹਿੰਦਾ ਸੀ ਪੀਲੀ ਹੋ ਜੇ ਮਾਤਾ ਬਸ ਕਰ ਆ ਹੋਰ ਜਿਹੜੀਆਂ ਗੱਲਾਂ ਕਰਦੀ ਨਾ ਕਿਸੇ ਹੋਰ ਨੂੰ ਕਰੀ ਹੁਣ ਹੋਰ ਨੀ ਮੇਰੇ ਗੱਲਾਂ ਚ ਆਉਣ ਵਾਲਾ ਠੀਕ ਹੈ ਨਾ ਤੇਰੇ ਪਾਪਾ ਦਾ ਘੜਾ ਭਰ ਗਿਆ ਹੁਣ ਲੈ ਕਿਹੜਾ ਘੜਾ ਭਰ ਗਿਆ ਕਿਹੜੀ ਕੁੜੀ ਥੋੜਾ ਪਾਗਲ ਹੋਇਆ ਤੂੰ ਜਿੰਨਾ ਤੇ ਮੈਂ ਹੁਣ ਘਰੋਂ ਹੋ ਕੇ ਆਈ ਆ ਕੋਈ ਕੁੜੀ ਕੜੀ ਨਹੀਂ ਹੈਗੀ ਮੈਨੂੰ ਸਾਰਾ ਪਤਾ ਲੱਗ ਗਿਆ ਮਾਤਾ ਮੇਰਾ ਹਿਸਾਬ ਦੇ ਬਸ ਮੈਂ ਆਪਣਾ ਹਿਸਾਬ ਕਰਾਉਣਾ ਆਇਆ ਕਲੀਅਰ ਮੇਰਾ ਜੋ ਕੋ ਬੰਦਾ ਦੇ ਮੈਂ ਤੈਨੂੰ ਸਾਰਾ ਕੁਝ ਦੱਸ ਦੇਣਾ ਕਿਹੜਾ ਹਿਸਾਬ ਪੁੱਤਰ ਕਿਹੜਾ ਹਿਸਾਬ ਉਹ ਤੋਂ ਛੱਡ ਮੈਨੂੰ ਵਿਆਹ ਗੂ ਦਾ ਕੋਈ ਚੱਕਰ ਨਹੀਂ ਆ ਨਾ ਮੈਂ ਝਾਂਸੇ 'ਚ ਆਉਣਾ ਹੁਣ ਮੈਂ ਆ ਚੁੱਕਾ ਕਰ ਬਸ ਦੱਸ ਪੁੱਤਰ ਮੈਂ ਤੇਰੀ ਮਾਂ ਹੈ ਤੇ ਝਾਂਸੇ ਦੇਣ ਦੀ ਚੰਗੀ ਲੱਗਦੀ ਆ ਮੈਂ ਉਹ ਮੈਨੂੰ ਪਤਾ ਲੱਗ ਗਿਆ ਸਾਰਾ ਐਵੇਂ ਕੁਝ ਕਰਨ ਵਾਲਾ ਪਾਉਂਦਾ ਲੋੜ ਨਹੀਂ ਬਾਰ ਬਾਰ ਠੀਕ ਹੈ ਨਾ ਮਾਤਾ ਹੋ ਗਿਆ ਸੰਗ ਚੁੱਕਾ ਨਹੀਂ ਸੰਗ ਤੇ ਨਹੀਂ ਸਭ ਬੰਦਾ ਤਾਂ ਫੜਿਆ ਜਾਂਦਾ ਆਪਦੀਆਂ ਹਰਕਤਾਂ ਤੋਂ ਹੀ ਕਿਹੜਾ ਝੂਠ ਬੋਲਿਆ ਪੁੱਤ ਮੈਂ ਤੇਰੇ ਨਾਲ ਮਾਤਾ ਕੋਈ ਕੁੜੀ ਨਹੀਂ ਹੈਗੀ ਸਿੱਧੀ ਜੀ ਗੱਲ ਮੇਰਾ ਹਿਸਾਬ 3,20,000 ਰੁਪਇਆ ਤੇ ਤੋਂ ਮੈਂ ਪਹਿਲਾਂ ਲੈਣਾ ਹੀ ਠੀਕ ਹੈ ਕੋਕੇ ਦੇ ਵੱਖਰੇ ਤੇ ਨਾਲੇ ਯਾਦ ਰੱਖੀ ਜਿਹੜੇ ਪਹਿਲੇ ਪੈਸਿਆਂ ਦਾ ਵਿਆਜ ਹੈ ਨਾ ਉਹ ਤੈਨੂੰ ਪਹਿਲਾਂ ਛੱਡਤਾ ਸੀ ਹੁਣ ਨਹੀਂ ਮੈਂ ਛੱਡਣਾ ਤੇ ਦੂਜੀ ਗੱਲ ਇਹ ਪੈਸੇ ਮੈਂ ਵਸੂਲਣੇ ਹੀ ਹੂੰ ਸਾਰੇ ਬਾਅਦ ਵਾਲਾ ਵੀ ਤੈਨੂੰ ਚੇਤੇ ਹੀ ਹੁਣ ਜਿਹੜਾ 1,00,000 ਲਿਆ ਸੀ ਮੇਰੇ ਤੋਂ ਤੇ 10,000 ਵੱਖਰਾ ਲਿਆ ਸੀ ਪੁੱਤਰ ਤੇ ਕੋਕਾ ਡਾਇਮੰਡ ਦਾ ਇਹ ਪਾਇਆ ਹੈੜਾ ਤੂੰ ਇਹ ਵੀ ਲਾ ਦੇ ਚੰਗੀ ਤਰ੍ਹਾਂ ਠੀਕ ਹੈ ਨਹੀਂ ਤਾਂ ਮੈਂ ਪੁਲਿਸ ਲੈ ਆਉਣੀ ਹੂੰ ਤੇ ਕੰਮ ਤੇਰਾ ਖਰਾਬ ਹੀ ਹੁਣ ਮੇਰੇ ਪੈਸੇ ਰੱਖ ਤੇ ਸੋਨਾ ਇੱਥੇ ਰੱਖ ਮੇਰੀ ਗੱਲ ਸੁਣ ਚਾਹ ਪੀ ਤੋ ਪੈਸੇ ਦੀ ਗੱਲ ਤੇ ਠੀਕ ਆ ਚਾਹ ਤੇ ਪੀ ਲੈ ਤੂੰ ਮੈਨੂੰ ਗਿਫਟ ਦਿੱਤਾ ਸੀ ਨਾ ਤੂੰ ਆਪੇ ਤੇ ਕਿਹਾ ਸੀ ਕਿ ਮਾਤਾ ਕੋਕਾ ਪਾਲਾ ਤੇਰਾ ਕੋਕਾ ਟੁੱਟ ਗਿਆ ਗਿਫਟ ਤਾਂ ਦਿੱਤਾ ਸੀ ਕਿ ਤੂੰ ਮੇਰਾ ਕੋ ਕੰਮ ਸਵਾਰਦੀ ਆ ਤੇ ਸ਼ਦਾਈਆ ਤੇਰਾ ਕੰਮ ਸਵਾਰਦੀ ਆ ਮੈਨੂੰ ਕੀ ਪਤਾ ਤੂੰ ਪਾਗਲ ਬਣਾਉਂਦੀ ਆ ਉੱਥੇ ਕਿਹੜੀ ਕੁੜੀ ਆ ਦਿਖਾ ਮੈਨੂੰ ਕੁੜੀ ਚੱਲ ਚੱਲੀਏ ਕੁੜੀ ਦੇ ਘਰੇ ਹੁਣ ਮਿਲਾ ਕੇ ਲਿਆ ਮੈਨੂੰ ਮੇਰੀ ਮਾਂ ਨਾਲ ਮਿਲਾ ਚੱਲ ਚੱਲੀਏ ਚੱਲ ਚੱਲ ਛੇਤੀ ਚੱਲ ਤੂੰ ਹੋ ਗਈ ਤਾਂ ਫੇਰ ਹੀ ਕਹਿੰਗੀ ਮੇਰੀ ਗੱਲ ਐਵੇਂ ਕਿਉਂ ਤੈਨੂੰ ਮੇਰੇ ਤੇ ਦਵਾਰ ਨਹੀਂ ਹੈਗਾ ਮੈਨੂੰ ਦਵਾਰ ਤੇ ਰੱਤੀ ਜਿੰਨਾ ਨਹੀਂ ਰਹਿ ਗਿਆ ਹੁਣ ਤੇ ਕਰਤੀ ਨਾ ਫਿਰ ਉਹ ਗੱਲ ਰੱਤੀਆਂ ਤੇ ਆ ਗਿਆ ਨਾ ਤੂੰ ਰੱਤੀ ਜਿੰਨੀ ਗੱਲ ਤੂੰ ਤੋਲਿਆਂ 'ਚ ਆ ਕਹਿ ਮਾਤਾ ਮੈਨੂੰ ਤੋਲੇ ਜਿੰਨਾ ਤੇਰੇ ਤੇ ਵਿਸ਼ਵਾਸ ਹੈ ਤੂੰ ਰੱਤੀ ਤੇ ਹੀ ਆ ਗਿਆ ਇੰਨਾ ਤੂੰ ਥਾਂ ਡਿੱਗ ਪਿਆ ਜਦੋਂ ਸੁਨਿਆਰਾ ਤਾਂ ਨੂੰ ਜਾਂਦਾ ਤਾਂ ਚੜ ਜਾਂਦਾ ਵਾ ਜਦੋਂ ਥਾਂ ਡਿੱਗਣ ਤੇ ਆ ਜਾਂਦਾ ਨਾ ਤੇ ਥਾਂ ਡਿੱਗ ਪੈਂਦਾ ਦੱਸਾਂ ਤੈਨੂੰ ਪੁੱਤ ਤੈਨੂੰ ਮੈਂ ਕਹਿਣ ਨਹੀਂ ਛੱਡੀ ਦੀ ਕਿਸੇ ਨੂੰ ਫੇ ਪੁੱਤ ਤੈਨੂੰ ਮੈਂ ਕਹਿਣ ਤੇ ਡਈ ਆ ਤੋਲਿਆਂ ਨਾਲ ਤੂੰ ਮੇਰੇ ਨਾਲ ਹਿਸਾਬ ਕਰ ਮੇਰੀ ਗੱਲ ਸੁਣ ਮੈਂ ਤੇ ਵਿਸ਼ਵਾਸ ਕਰ ਕੁੜੀ ਹੈਗੀ ਆ ਕੋਈ ਵਿਸ਼ਵਾਸ ਨਹੀਂ ਰਿਹਾ ਮਾਤਾ ਹੁਣ ਸਿੱਧੀ ਜੀ ਗੱਲ ਗੱਲ ਖਤਮ ਝਗੜਾ ਪਾਰ ਪੈਸੇ ਰੱਖ ਸੋਨਾ ਰੱਖ ਨਹੀਂ ਤੇ ਤੇਰੇ ਤੇ ਮੈਂ ਅੰਤਰ ਕਰਾਉਂ ਤੈਨੂੰ ਇਹਦਾ ਠੀਕ ਹੈ ਨਾ ਗੱਲ ਖਤਮ ਤੇ ਫਿਰ ਮੇਰੀ ਵੀ ਸੁਣ ਲਾ ਹੈ ਨਹੀਂ ਮੇਰੇ ਕੋਈ ਪੈਸਾ ਜੋ ਕਰਨਾ ਹੈ ਕਰ ਲਾ ਚੱਲ ਆ ਗਈ ਨਾ ਆਪਣੀ ਗੱਲਾਂ ਤੇ ਆ ਗਈ ਉਹ ਫਿਰ ਚੱਲ ਫਿਰ ਕਢਾ ਲੂੰਗਾ ਜਾਣਦਾ ਮੈਂ ਕਿਦਾਂ ਕਢਾਉਣਾ ਮੇਰਾ ਰੋਜ਼ ਹੀ ਕੰਮ ਠੀਕ ਹੈ ਮੇਰੀ ਗੱਲ ਸੁਣ ਰੋਣਾ ਨਾ ਪਾਪੋ ਤਾਂ ਮੈਂ ਬਾਹਰ ਹੁਣੇ ਚੀਕਾਂ ਮਾਰ ਦੇਣੀਆਂ ਹੀ ਕਿ ਘਰ ਚੋਰ ਸਾਡੇ ਆ ਗਿਆ ਹੀ ਮਹਿਮਾਨ ਮੰਗ ਮੰਗ ਹੁਣੇ ਵੇਖੀ ਤੈਨੂੰ ਮੈਂ ਤੇਰਾ ਜਲੂਸ ਕੱਢਦੀ ਔਰ ਪੈਜੀ ਚੋਰ ਆ ਗਿਆ ਤੇ ਮੇਰੇ ਘਰੇ ਚੋਰ ਨਹੀਂ ਚੋਰ ਆ ਗਿਆ ਤੇ ਚੋਫੜਾ ਕਰੋ ਮਾਸੇ ਹੁਣ ਤਾਂ ਕਰ ਗਿਆ ਯਾਰ ਮਾਤਾ ਨੇ ਅੱਜ ਚਲਾ
ਚੋਂ ਨਿਕਲ ਜਾਈਏ ਮੈਂ ਨਾ ਪੈਸੇ ਪੂਸੇ ਲੈਣ ਦੇ ਬਾਅਦ ਚ ਵੇਖਾਂਗੇ ਪਹਿਲਾਂ ਕੰਮ ਖਰਾਬ ਹੋ ਜਾਊ ਆਇਆ ਸੀ ਮਾਤਾ ਕੋ ਪੈਸੇ ਕਢਵਾਉਣ ਤੈਨੂੰ ਮੈਂ ਦੇਣੀ ਪੈਸੇ ਦੱਸ ਹੈ ਮੇਰੇ ਪੁੱਤਾਂ ਨੂੰ ਤਾਂ ਮੈਨੂੰ ਆਖੇ ਧਮਕੀਆਂ ਦੇਣ ਡਿਆ ਸੀ ਥਾਣੇ ਬੁਲਾਉਣ ਉਹ ਤਾਂ ਥਾਣੇ ਤੇ ਤੇਰਾ ਹੁਣੇ ਜਲੂਸ ਨਿਕਲ ਜਾਣਾ ਜੋ ਪਰਚਾ ਤੇਰੇ ਤੇ ਹੋਣਾ ਬਾਕੀ ਤਾਂ ਸਾਰੀ ਗੱਲ ਠੀਕ ਆ ਪਰ ਇਹ ਸਾਰੀ ਗੱਲ ਉਹਨੂੰ ਦੱਸੀ ਕਹਿੰਦੇ ਆ ਉਹ ਕਹਿੰਦਾ ਮਾਤਾ ਜਦੋਂ ਤੂੰ ਇਸ ਘਰੋਂ ਗਈ ਆ ਮੈਂ ਰੋਦਾ ਆ ਕੇ ਬੈਠਾ ਇਹਦਾ ਮਤਲਬ ਸ਼ੰਮੀ ਨੇ ਜਾਂ ਵਿਮਲ ਨੇ ਦੱਸੀ ਵਿਮਲ ਨਹੀਂ ਦੱਸ ਸਕਦੀ ਜੋ ਮਰਜ਼ੀ ਆ ਸ਼ੰਮੀ ਦੇ ਨਾਲ ਮਿਲ ਜ਼ਰੂਰ ਗਈ ਆ ਪਰ ਹਜੇ ਵੀ ਉਹਨੂੰ ਡਰ ਆ ਮੇਰਾ ਇਹ ਪੱਕੀ ਗੱਲ ਆ ਇਹ ਸਾਰੀ ਪੱਟੀ ਸ਼ੰਮੀ ਦੀ ਪੜ੍ਹਾਈ ਹੋਈ ਆ ਇਹ ਕੁੜੀ ਨੂੰ ਨਹੀਂ ਮੈਂ ਛੱਡਣਾ